ਹਾਂਜੀ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੋਢੇ ਦੀ ਕਟਾਈ ਬਾਰੇ ਦੱਸਾਂਗੇ ਵੀ ਕਿੰਨੇ ਇੰਚ ਛਾਤੀ ਨੂੰ ਤੁਸੀਂ ਕਿੰਨਾ ਮੋਢਾ ਪਾਓਗੇ। ਤੁਸੀਂ ਇਹ ਚੀਜ਼ਾਂ ਨੂੰ ਕਾਪੀ ਦੇ ਉੱਪਰ ਨੋਟ ਕਰਕੇ ਵੀ ਰੱਖ ਸਕਦੇ ਹੋਗੇ। ਆਪਾਂ ਨੂੰ ਬਾਰ ਬਾਰ ਵੀਡੀਓ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਆਪਾਂ ਜਦੋਂ ਵੀ ਕਿਸੇ ਸੂਟ ਦੀ ਕਟਿੰਗ ਕਰਦੇ ਹਾਂ ਆਪਾਂ ਨੂੰ ਮੇਨ ਮੋਢੇ ਦਾ ਹੁੰਦਾ ਗਾ, ਕਿਉਂਕਿ ਮੋਢੇ ਦੇ ਕਾਰਨ ਹੀ ਸੂਟ ਦੀ ਫਿਟਿੰਗ ਆਉਣੀ ਹੁੰਦੀ ਆ। ਜੇ ਆਪਾਂ ਮੰਨ ਲਓ ਮੋਢੇ ਦੀ ਕਟਾਈ ਕਈ ਵਾਰ ਕਟਿੰਗ ਦੇ ਵਿੱਚ ਆਪਾਂ ਤੋਂ ਮੋਢਾ ਘੱਟ ਪੈ ਜੇ ਜਾਂ ਵੱਧ ਪੈ ਜੇ, ਉਹਨਾਂ ਨਾਲ ਕੀ ਪ੍ਰੋਬਲਮਾਂ ਆਉਂਦੀਆਂ ਨੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਹ ਵੀ ਦੱਸਣਾ ਗਾ। ਅਤੇ ਮੇਨ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੀ ਇੰਚ ਛਾਤੀ ਨੂੰ ਕਿੰਨਾ ਮੋਢਾ ਪਾਉਣਾ ਗਾ, ਉਸ ਹਿਸਾਬ ਨਾਲ ਤੁਸੀਂ ਤੀਰਾ ਕਿੰਨਾ ਲੈਣਾ ਗਾ, ਗਲੇ ਦੇ ਵੀ ਦੱਸਾਂਗੇ ਗਲੇ ਇੰਨਾ ਛੋਟਾ ਗਲਾ ਪਾਉਣਾ ਜਾਂ ਵੱਡਾ ਗਲਾ ਪਾਉਣਾ, ਉਹਦੇ ਹਿਸਾਬ ਨਾਲ ਤੁਸੀਂ ਮੋਢੇ ਦੀ ਕਟਾਈ ਕਿੰਨੀ ਪਾਉਣੀ ਹੈ। ਇਸ ਵੀਡੀਓ ਦੇ ਰਾਹੀਂ ਤੁਸੀਂ ਪੂਰੀ ਜਾਣਕਾਰੀ ਲੈਣੀ ਹੈਗੀ। ਹੁਣ ਮੈਂ ਤੁਹਾਨੂੰ ਦੱਸੂਗੀ ਕਾਪੀ 'ਤੇ ਤੁਸੀਂ ਨੋਟ ਕਰ ਸਕਦੇ ਹੋਗੇ ਕਿ ਵੀ ਕਿੰਨੇ ਇੰਚ ਛਾਤੀ ਨੂੰ ਕਿੰਨਾ ਮੋਢਾ ਪਾਉਣਾ ਗਾ। ਹਾਂਜੀ, ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ, ਦੇਖੋ ਜਿਵੇਂ ਆਪਾਂ ਚੈਸਟ ਦੇ ਵਿੱਚੋਂ 16 ਇੰਚ ਛਾਤੀ 'ਚੋਂ ਬਣਾ ਰਹੇ ਹਾਂ। ਦੇਖੋ ਕਮਰ ਤੁਹਾਡੇ ਚਾਹੇ ਕਿੰਨੀ ਮਰਜ਼ੀ ਹੋਵੇ, 13 ਹੋਵੇ, 14 ਹੋਵੇ, ਉਹਦਾ ਕੋਈ ਚੱਕਰ ਨਹੀਂ ਹੈਗਾ। ਹਾਂਜੀ, ਛਾਤੀ ਦੇ ਵਿੱਚੋਂ ਜਿਹਦੇ 16 ਇੰਚ ਸ਼ਰਟ ਆਊਗੀ ਉਹਨਾਂ ਦੇ ਆਪਾਂ ਮੋਢਾ ਪਾਵਾਂਗੇ 7.5 ਇੰਚ ਰੈਡੀ ਪਾਵਾਂਗੇ। ਜਿਵੇਂ ਛਾਤੀ ਦੇ ਵਿੱਚੋਂ 15 ਇੰਚ ਬਣਾ ਰਹੇ ਹੋ ਤੁਸੀਂ, ਕਿਸੇ ਵੀ ਪਤਲੇ ਦਾ, ਬੱਚੇ ਦਾ ਲਾ ਲਓ, ਜਿਵੇਂ ਵੀ ਪਾ ਲਓ ਤੁਸੀਂ, ਉਹਨਾਂ ਵਾਸਤੇ ਆਪਾਂ ਨੇ ਪਾਉਣਾ 7 ਇੰਚ ਮੋਢਾ। ਹੁਣ ਤੁਸੀਂ ਪਾਓਗੇ ਜਿਵੇਂ 18 ਇੰਚ ਛਾਤੀ ਦੇ ਵਿੱਚ ਤੁਸੀਂ ਪਾ ਸਕਦੇ ਹੋਗੇ, 8 ਇੰਚ ਮੋਢਾ ਵੀ ਪੈ ਸਕਦਾ। ਜੇ ਤੁਸੀਂ ਪ੍ਰੋਪਰ ਫਿਟਿੰਗ ਦੇ ਵਿੱਚ ਸੂਟ ਪਹਿਨਦੇ ਹੋ ਤਾਂ ਤੁਸੀਂ 7.5 ਇੰਚ ਮੋਢਾ ਵੀ ਪਾ ਸਕਦੇ ਹੋਗੇ 18 ਇੰਚ ਛਾਤੀ ਵਾਸਤੇ। ਆਹ ਹੈਗਾ ਸੀ ਆਪਣਾ 15 ਇੰਚ ਛਾਤੀ ਵਾਸਤੇ। ਹੁਣ ਤੁਸੀਂ ਜਿਵੇਂ ਮੰਨ ਲਓ 18.5 ਛਾਤੀ ਦਾ ਸਾਈਜ਼ ਆ, 19 ਇੰਚ ਛਾਤੀ ਦਾ ਸਾਈਜ਼ ਆ, ਉਹਦੇ ਵਾਸਤੇ ਤੁਸੀਂ 8.5 ਇੰਚ ਮੋਢਾ ਰੈਡੀ ਰੱਖੋਗੇ। 19 ਤੋਂ ਲੈ ਕੇ ਤੁਸੀਂ 20 ਇੰਚ, 20.5, 19 ਤੋਂ ਲੈ ਕੇ 20, 20.5 ਛਾਤੀ ਦੇ ਵਿੱਚ ਵੀ ਤੁਸੀਂ 8.5 ਇੰਚ ਮੋਢਾ ਪਾ ਸਕਦੇ ਹੋ। ਜੇ ਤੁਹਾਡੇ ਬਾਜੂ ਆ ਜਿਹੜੀ ਉਹ ਜ਼ਿਆਦਾ ਹੈਲਦੀ ਨਹੀਂ ਹੈਗੇ ਨੋਰਮਲ ਸਾਈਜ਼ ਦੇ ਵਿੱਚੋਂ, ਜਿਨ੍ਹਾਂ ਦੇ ਬਾਜੂ ਦੀ ਕੋਈ ਪ੍ਰੋਬਲਮ ਹੁੰਦੀ ਆ, ਮੰਨ ਲਓ ਚੈਸਟ ਦੇ ਵਿੱਚ ਉਹਨਾਂ ਦੇ ਘੱਟ ਆਉਂਦਾ ਹੁੰਦਾ, ਬਾਜੂ ਜ਼ਿਆਦਾ ਆਉਂਦੀ ਹੁੰਦੀ ਆ, ਉਹਨਾਂ ਵਾਸਤੇ ਤੁਸੀਂ ਉਸੇ ਸਾਈਜ਼ ਦਾ ਮੋਢਾ ਪਾਉਣਾ ਹੋਊਗਾ। ਆਪਾਂ ਮਿਣ ਕੇ ਵੀ ਦੇਖ ਸਕਦੇ ਹਾਂਗੇ, ਬਾਈ ਚਾਂਸ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਇਹਨਾਂ ਦੇ ਵਿੱਚੋਂ ਮੋਢਿਆਂ ਦੇ ਵਿੱਚੋਂ ਜਾਣਕਾਰੀ ਨਹੀਂ ਹੈਗੀ ਵੀ ਆਪਾਂ ਇੰਨੀ ਚੈਸਟ ਤੋਂ ਇੰਨੀ ਚੈਸਟ ਤੱਕ ਕਿੰਨਾ ਮੋਢਾ ਪਾਉਣਾ, ਤਾਂ ਤੁਸੀਂ ਆਹ ਚੀਜ਼ਾਂ ਨੂੰ ਨੋਟ ਜ਼ਰੂਰ ਕਰਕੇ ਰੱਖਣਾ ਗਾ ਵੀ ਇੰਨੇ ਇੰਨੇ ਮੋਢੇ ਪਾਉਣੇ ਆ। ਹੁਣ ਆਪਾਂ ਨੇ ਮੰਨ ਲਓ 21 ਇੰਚ ਛਾਤੀ ਤੋਂ ਲੈ ਕੇ ਤੁਸੀਂ 22, 23, 24 ਛਾਤੀ ਤੱਕ 9-21 ਇੰਚ ਛਾਤੀ ਤੋਂ ਲੈ ਕੇ ਤੁਸੀਂ ਜਿਵੇਂ ਮੰਨ ਲਓ 22 ਇੰਚ ਛਾਤੀ, 23 ਇੰਚ ਛਾਤੀ ਅਤੇ 24 ਇੰਚ ਛਾਤੀ ਤੱਕ ਤੁਸੀਂ 9 ਇੰਚ ਮੋਢਾ ਪਾ ਸਕਦੇ ਹੋਗੇ। ਜੇ ਮੰਨ ਲਓ ਇਦੋਂ ਜ਼ਿਆਦਾ ਨਾਪ ਆ, ਫਿਲਹਾਲ ਦੇਖੋ ਇਹ ਮੈਕਸੀਮਮ ਨੋਰਮਲ ਨਾਪ ਨੇ ਆਪਣੇ ਜਿੰਨੇ ਕਿ ਆਮ ਆਪਾਂ ਬਣਾਉਂਦੇ ਰਹਿੰਦੇ ਹਾਂ। ਜੇ ਜ਼ਿਆਦਾ ਹੈਲਦੀ ਨਾਪ ਦੇ ਵਿੱਚ ਪਾ ਰਹੇ ਹੋ ਤਾਂ ਤੁਸੀਂ ਮੋਢੇ ਨੂੰ ਉਹਦਾ ਨਾਪ ਕੇ, ਮੈਂ ਦੱਸਿਆ ਵੀ ਤੁਹਾਨੂੰ ਨਾਪ ਦੇ ਵਿੱਚ ਵੀ ਕਿਸ ਤਰ੍ਹਾਂ ਤੁਸੀਂ ਮੋਢੇ ਦਾ ਨਾਪ ਨਾਪਣਾ ਗਾ, ਉਸ ਤਰੀਕੇ ਨਾਲ ਤੁਸੀਂ ਉਹਦਾ ਹਾਫ ਕਰਕੇ ਮੋਢਾ ਲਓਗੇ। 9.5 ਤੱਕ ਵੀ ਆਪਾਂ ਮੋਢਾ ਪਾ ਦਿੰਦੇ ਹਾਂ, ਜਿਨ੍ਹਾਂ ਦੇ ਬਾਜੂ ਦੀ ਪ੍ਰੋਬਲਮ ਹੁੰਦੀ ਹੈਗੀ ਦੇਖੋ ਉਹਨਾਂ ਦੇ ਆਪਾਂ 10 ਇੰਚ ਮੋਢਾ ਵੀ ਪਾਉਣਾ ਪੈਂਦਾ। ਆਮ ਦੇਖੋ ਇਹਨਾਂ ਸਾਈਜ਼ਾਂ ਦੇ ਵਿੱਚ ਤੁਸੀਂ ਮੋਢਾ ਜਾਂ ਸਾਈਜ਼ ਹੋਊਗਾ ਜਿਹੜਾ ਤੁਸੀਂ ਉਹ ਇੰਨਾ ਹੀ ਪਾਓਗੇ। ਹੁਣ ਮੈਂ ਤੁਹਾਨੂੰ ਇਹਨਾਂ ਦੇ ਸਾਈਜ਼ ਵਿੱਚ ਕਟਿੰਗ ਦੱਸੂਗੀ ਵੀ ਤੁਸੀਂ ਕਿਸ ਤਰੀਕੇ ਨਾਲ ਕਿੰਨੀ ਕਟਿੰਗ ਕਰਨੀ ਹੋਊਗੀ ਆਰਮ ਹੋਲ ਦੀ। ਆਪਾਂ ਦੇਖੋ ਤੁਹਾਨੂੰ ਬਾਜੂ ਨੂੰ ਸਮਝਾਉਣ ਵਾਸਤੇ ਉਹਦੇ ਮੋਢੇ ਬਾਰੇ ਦੱਸਣਾ, ਤੁਹਾਨੂੰ ਸਪੈਸ਼ਲ ਆਪਾਂ ਨੇ ਪੀਸ ਲਿਆ। ਦੇਖੋ ਕੋਈ ਇਹ ਸ਼ਰਟ ਦਾ ਪੀਸ ਨਹੀਂ, ਕੋਈ ਕੁਛ ਨਹੀਂ, ਆਪਾਂ ਨੇ ਨੋਰਮਲ ਪੀਸ ਲਿਆ। ਇੱਕ ਤੁਹਾਨੂੰ ਮੋਢੇ ਦੀ ਕਟਾਈ ਬਾਰੇ ਵੀ ਤੁਸੀਂ ਕਿਸ ਤਰ੍ਹਾਂ ਮੋਢੇ ਦੀ ਕਟਾਈ ਪਾਉਣੀ ਆ। ਦੇਖੋ ਜਿਵੇਂ ਵੀ ਤੁਸੀਂ ਆਮ ਨਾਪ ਦਾ ਸੂਟ ਬਣਾ ਰਹੇ ਹੋਗੇ, ਮੰਨ ਲਓ ਤੁਹਾਨੂੰ ਉਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈਗੀ ਸੂਟ ਬਾਰੇ ਵੀ ਤੁਸੀਂ ਕਿੰਨਾ ਮੋਢਾ ਪਾਉਣਾ ਜਾਂ ਕਿਵੇਂ ਪਾਉਣਾ, ਕਿੰਨੀ ਕਟਾਈ ਪਾਉਣੀ ਆ, ਤੁਸੀਂ ਉਸ ਹਿਸਾਬ ਦੇ ਨਾਲ ਤੁਸੀਂ ਆਪਾਂ ਇਹਦੇ ਵਿੱਚ ਵੀਡੀਓ ਦੇ ਵਿੱਚ ਦੱਸਾਂਗੇ ਵੀ ਤੁਸੀਂ ਕਿਸ ਤਰ੍ਹਾਂ ਉਹਦੇ ਨਿਸ਼ਾਨ ਲਗਾਉਣੇ ਆ। ਜਿਸ ਨੂੰ ਬਿਲਕੁਲ ਵੀ ਨਹੀਂ ਆਉਂਦਾ ਹੈਗਾ, ਮੰਨ ਲਓ ਸਟਿਚਿੰਗ ਕਰਨੀ ਆਪਣਾ ਦੁਬਾਰਾ ਸਿਰੇ ਤੋਂ ਸਿੱਖ ਰਹੇ ਹੋ ਤੁਸੀਂ, ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ। ਮੰਨ ਲਓ ਤੁਸੀਂ ਬਾਜੂ ਦੀ ਲੈਂਥ ਲੈ ਰਹੇ ਹੋਗੇ, ਆਹ ਮੇਰੇ ਕੋਲੇ ਕੱਪੜਾ ਦੇਖੋ 21 ਇੰਚ ਦਾ ਕੱਪੜਾ ਦਿੱਤਾ ਹੋਇਆ ਹੈਗਾ।
ਆਪਾਂ ਸਭ ਤੋਂ ਪਹਿਲਾਂ ਤਾਂ ਦੇਖੋ ਉਹਦੇ ਨੀਚੇ ਨਿਸ਼ਾਨ ਲਗਾਵਾਂਗੇ ਜਿੰਨਾ ਤੁਸੀਂ ਫੋਲਡਿੰਗ ਦਾ ਲਗਾਉਣਾ ਹੋਊਗਾ। ਜਦੋਂ ਵੀ ਤੁਸੀਂ ਮੋਢੇ ਦੀ ਕਟਾਈ ਪਾਉਣੀ, ਮੈਂ ਪਹਿਲਾਂ ਤੁਹਾਨੂੰ ਬਾਜੂ ਬਾਰੇ ਦੱਸੂੰਗੀ ਅਤੇ ਉਹਦੇ ਸ਼ੋਲਡਰ ਬਾਰੇ ਵੀ ਦੱਸਾਂਗੇ ਆਪਾਂ ਕਿੰਨਾ ਤੁਸੀਂ ਡਾਊਨ ਵਗੈਰਾ ਕਿੰਨਾ ਕੀ ਕਰਨਾ ਗਾ। ਦੇਖੋ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਫੋਲਡਿੰਗ ਦਾ ਨਿਸ਼ਾਨ ਲਗਾਉਣਾ ਹੁੰਦਾ ਜਿੰਨੀ ਆਪਾਂ ਨੀਚੇ ਤੋਂ ਫੋਲਡਿੰਗ ਕਰਨੀ ਹੁੰਦੀ ਆ। ਹੁਣ ਦੇਖੋ ਆਪਾਂ ਲਗਾਵਾਂਗੇ ਉੱਪਰੋਂ। ਹੁਣ ਜਿਹੜੇ ਤਾਂ ਗਲਾ ਦੇਖੋ ਡੀਪ ਪਹਿਨਦੇ ਆ ਉਹਦੇ ਵਾਸਤੇ ਤਾਂ ਆਪਾਂ 3.5 ਦਾ ਵੀ ਨਿਸ਼ਾਨ ਲਗਾ ਸਕਦੇ ਹਾਂਗੇ ਅਤੇ 4 ਦਾ ਵੀ ਲਗਾ ਸਕਦੇ ਹਾਂ। ਜਿਹੜੇ ਗਲਾ ਡੀਪ ਪਹਿਨਦੇ ਆ ਉਹ ਕਿਉਂ ਆ, ਮੰਨ ਲਓ ਜੇ ਆਪਾਂ ਨੇ ਆਹ ਕਾਟ ਘੱਟ ਪਾਈ ਤਾਂ ਪਿੱਛੇ ਬਲ ਪੈਣ ਲੱਗ ਜਾਂਦੇ ਆਗੇ, ਅਤੇ ਜੇ ਤੁਸੀਂ ਮੰਨ ਲਓ ਨੋਰਮਲ ਨੈੱਕ ਪਹਿਨਦੇ ਹੋ 6-5.5 ਪਹਿਨਦੇ ਹੋ ਤਾਂ ਤੁਸੀਂ ਇਹ ਉੱਪਰੋਂ ਕੱਪੜੇ ਉੱਪਰੋਂ ਸਿਰੇ ਤੋਂ ਨਿਸ਼ਾਨ ਲਗਾ ਕੇ 3 ਇੰਚ ਦਾ ਸਿੱਧਾ ਨਿਸ਼ਾਨ ਲਗਾਓਗੇ। ਦੇਖੋ ਇਸ ਤਰੀਕੇ ਨਾਲ ਮੈਂ ਬਿਲਕੁਲ ਸਿੱਧਾ ਨਿਸ਼ਾਨ ਲਗਾ ਰਹੀ ਹਾਂ, ਆਹ ਵਾਲਾ ਸਿੱਧਾ ਨਿਸ਼ਾਨ ਲਗਾ ਲਿਆ। ਹੁਣ ਮੈਂ ਆਪਾਂ ਨੇ ਤੁਹਾਨੂੰ ਨੋਟ ਕਰਾ ਚੁੱਕੀ ਹਾਂ ਮੈਂ ਪਹਿਲਾਂ ਵੀ 1 ਇੰਚ ਛਾਤੀ ਨੂੰ ਕਿੰਨਾ ਮੋਢਾ ਪਾਉਣਾ। ਮੰਨ ਲਓ ਤੁਹਾਨੂੰ ਮੈਂ ਦੱਸ ਰਹੀ ਹਾਂ ਇਹ 9 ਇੰਚ ਮੋਢੇ ਦਾ ਸਾਈਜ਼ ਦੱਸ ਰਹੀ ਹੈਗੀ ਵੀ ਤੁਸੀਂ ਕਿਸ ਤਰ੍ਹਾਂ ਲਗਾਓਗੇ। ਦੇਖੋ 9 ਇੰਚ ਆਪਾਂ ਜਿੰਨਾ ਰੈਡੀ ਰੱਖਣਾ। ਕਈ ਵਾਰ ਕੀ ਹੁੰਦਾ ਮੋਢੇ ਨੂੰ ਇਸ ਤਰੀਕੇ ਨਾਲ ਮਿਲਦੇ ਹੁੰਦੇ ਨੇ ਆਹ ਚੀਜ਼ਾਂ, ਇਸ ਹਿਸਾਬ ਦੇ ਨਾਲ ਇੱਦਾਂ ਨਹੀਂ ਕਦੇ ਵੀ ਮੋਢੇ ਨੂੰ ਮਿਲਣਾ ਚਾਹੀਦਾ। ਜਦੋਂ ਵੀ ਤੁਸੀਂ ਮੋਢੇ ਦਾ ਨਾਪ ਮਿਲੋਗੇ ਤਾਂ ਇਸ ਤਰ੍ਹਾਂ ਸਿੱਧਾ ਰੱਖ ਕੇ ਹੀ ਨਾਪ ਮਿਲਣਾ। ਮੰਨ ਲਓ ਜਿਵੇਂ ਮੈਂ 9 ਇੰਚ ਮੋਢਾ ਪਾਉਣਾ ਤਾਂ ਇਸ ਤਰ੍ਹਾਂ 9 ਇੰਚ 'ਤੇ ਹੀ ਨਿਸ਼ਾਨ ਲਗਾਊਂਗੀ। ਦੇਖੋ ਆਹ ਆਪਾਂ ਨੇ 9 ਇੰਚ ਦਾ ਨਿਸ਼ਾਨ ਲਗਾਇਆ। 1 ਇੰਚ ਆਪਾਂ ਐਕਸਟਰਾ ਲਗਾਉਣੇ ਹੁੰਦੇ ਹਾਂ ਇਹਦੇ ਅੰਦਰ ਮਾਰਜਨ ਵਾਸਤੇ, ਵੀ ਬਾਈ ਚਾਂਸ ਆਪਾਂ ਨੂੰ ਸ਼ਰਟ ਟਾਈਟ ਲੂਜ ਜੋ ਵੀ ਕਰਨੀ ਪੈ ਜੇ ਮੰਨ ਲਓ ਉਹਦੇ ਵਾਸਤੇ ਹੁੰਦਾ ਆਹ ਵਾਲਾ। ਇਸੇ ਤਰੀਕੇ ਆਪਾਂ ਮੰਨ ਲਓ ਜਿਵੇਂ ਨੀਚੇ ਬਾਜੂ ਦਾ ਲਗਾਵਾਂਗੇ ਉਹ ਆਪਾਂ ਮੰਨ ਲਓ ਅੰਦਾਜ਼ੇ ਨਾਲ ਤੁਹਾਨੂੰ ਦੱਸ ਰਹੇ ਹਾਂ ਵੀ ਆਪਾਂ 11 ਇੰਚ 'ਤੇ ਨਿਸ਼ਾਨ ਲਗਾ ਲਿਆ, ਇਹ ਆਪਾਂ 1.5 ਇੰਚ ਫੋਲਡਿੰਗ ਦਾ ਲਗਾਵਾਂਗੇ। ਕਦੇ ਵੀ ਜ਼ਿਆਦਾ ਮਾਰਜਨ ਨਾ ਦਿਓ, ਉਹਦੇ ਨਾਲ ਕੀ ਹੁੰਦਾ ਆਪਣੀਆਂ ਸਿਉਣਾ ਹੁੰਦੀਆਂ ਨੇ ਉਹ ਬੈਠਦੀਆਂ ਨਹੀਂ ਹੈਗੀਆਂ ਅਤੇ ਨਾ ਹੀ ਆਪਣੇ ਮੰਨ ਲਓ ਲੂਜ਼ ਰਹਿੰਦੀਆਂ ਨੇ, ਉਹ ਖਿੱਚ ਪੈਣ ਲੱਗ ਜਾਂਦੀ ਹੈ ਕਈ ਵਾਰੀ। ਜੇ ਆਪਾਂ ਸ਼ਰਟ ਦੇ ਅੰਦਰ ਜ਼ਿਆਦਾ ਕੱਪੜਾ ਰੱਖ ਦਿਆਂਗੇ ਤਾਂ ਉਹਦੇ ਨਾਲ ਆਪਣੀ ਫਿਟਿੰਗ ਦੇ ਵਿੱਚ ਵੀ ਪ੍ਰੋਬਲਮ ਪੈਂਦੀ ਹੈਗੀ। ਤੁਸੀਂ ਹਿਸਾਬ ਦੇ ਨਾਲ ਨੋਰਮਲ ਮਾਰਜਨ ਵਗੈਰਾ ਦੇਣਾ ਹੁੰਦਾ, ਜਿਵੇਂ 1 ਇੰਚ ਆਪਾਂ ਨੇ ਮੋਢੇ ਦੇ ਵਿੱਚੋਂ ਦੇ ਲਓ ਅਤੇ 1.5 ਇੰਚ ਆਪਾਂ ਅੱਗੇ ਤੋਂ ਦੇ ਲਓ ਜਿੱਥੋਂ ਆਪਾਂ ਨੇ ਬਾਜੂ ਨੂੰ ਖੋਲ੍ਹੇ ਭੀੜੇ ਕਰਨਾ ਗਾ। ਹੁਣ ਦੇਖੋ ਆਪਾਂ ਨੇ ਗਲਾਈ ਕਿਸ ਤਰੀਕੇ ਨਾਲ ਪਾਉਣੀ ਆ। ਆਹ ਤਾਂ ਆਪਣਾ ਹੋ ਗਿਆ ਜਿੱਥੇ ਆਪਾਂ ਨੇ ਸੀਨ ਲਗਾਉਣੀ ਆ, ਮੋਢਾ ਰੈਡੀ ਦੀ ਹੋ ਗਈ, ਆਹ ਆਪਣੀ ਹੋ ਗਈ ਐਕਸਟਰਾ ਮਾਰਜਨ ਦੀ। ਤਾਂ ਆਪਾਂ ਨੇ ਜਿਹੜੀ ਗਲਾਈ ਹੈ ਦੇਖੋ ਇੱਕਦਮ ਇਸ ਤਰ੍ਹਾਂ ਤਿਰਛੀ ਵੀ ਨਹੀਂ ਲੈ ਕੇ ਜਾਣੀ ਹੈਗੀ ਅਤੇ ਇੱਕੋ ਦਮ ਇੱਥੋਂ ਪੂਰੀ ਗਲਾਈ ਨਹੀਂ ਦੇਣੀ। ਇਹ ਤੁਸੀਂ ਹਿਸਾਬ ਦੇ ਨਾਲ ਦੇਖੋ ਗਲਾਈ ਦਿਓਗੇ ਇਸ ਤਰੀਕੇ ਨਾਲ। ਇਹ ਜਿੰਨਾ ਆਪਣਾ ਸਾਈਜ਼ ਹੈ ਦੇਖੋ ਪਹਿਲਾਂ ਤੁਹਾਨੂੰ ਮੈਂ ਇਸ ਤਰ੍ਹਾਂ ਦੇ ਰਹੀ ਹਾਂ, ਜਿੰਨਾ ਆਪਾਂ ਮੋਢੇ ਦਾ ਲਗਾਉਣਾ ਗਾ ਮੰਨ ਲਓ ਤਿਆਰ ਮੋਢਾ ਰੱਖਣਾ ਉਸ ਹਿਸਾਬ ਦਾ ਆਪਣਾ ਨਿਸ਼ਾਨ ਹੈਗਾ, ਆਹ ਵਾਲਾ ਚੀਜ਼ ਆ ਗਿਆ। ਹੁਣ ਦੇਖੋ ਜਿਵੇਂ ਆਪਣੇ ਮਾਰਜਨ ਵਿੱਚ ਰੱਖਣਾ ਗਾ ਤਾਂ ਤੁਸੀਂ ਇਹਨੂੰ ਵੀ ਇਸੇ ਹਿਸਾਬ ਦੇ ਨਾਲ ਆਹ ਚੀਜ਼ ਲੈ ਕੇ ਜਾਓਗੇ, ਕਿਉਂਕਿ ਜਿੰਨਾ ਆਪਾਂ ਨੇ ਰੈਡੀ ਰੱਖਣਾ ਤਾਂ ਆਪਣਾ ਨਿਸ਼ਾਨ ਆ ਸੀਗਾ, ਇਹ ਸਿਰਫ ਆਪਣਾ ਮਾਰਜਨ ਦਾ ਨਿਸ਼ਾਨ ਆ। ਮੈਂ ਤੁਹਾਨੂੰ ਕਟਿੰਗ ਕਰਕੇ ਵੀ ਦਿਖਾਉਂਗੀ, ਦੇਖੋ ਵੀ ਆਪਣਾ ਕਿਸ ਹਿਸਾਬ ਦੇ ਨਾਲ ਇਹਦੀ ਸ਼ੇਪ ਆ ਰਹੀ ਹੈਗੀ, ਆਹ ਦੇਖੋ ਇਸ ਤਰੀਕੇ ਦੀ ਆਪਣੀ ਸ਼ੇਪ ਹੋਊਗੀ। ਜਿਹੜਾ ਆਪਾਂ ਨੇ ਮਾਰਕ ਕੀਤਾ ਹੋਊਗਾ ਉਹਨੂੰ ਆਪਾਂ ਇਸ ਤਰੀਕੇ ਨਾਲ ਕੱਟ ਕਰ ਦਾਂਗੇ। ਹੁਣ ਆਪਾਂ ਤੁਹਾਨੂੰ ਇੱਥੋਂ ਪੂਰੀ ਸ਼ੇਪ ਪਾ ਕੇ ਦਿਖਾਵਾਂਗੇ, ਤੁਸੀਂ ਫੱਟੀ ਦੀ ਮਦਦ ਵੀ ਲੈ ਸਕਦੇ ਹੋਗੇ। ਦੇਖੋ ਇਸ ਤਰੀਕੇ ਨਾਲ ਮੈਂ ਤੁਹਾਨੂੰ ਵਾਰ ਵਾਰ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਦੇ ਰਹਿੰਦੇ ਹਾਂ ਆਪਾਂ, ਜਦੋਂ ਵੀ ਤੁਸੀਂ ਕੋਈ ਕਾਟ ਪਾ ਰਹੇ ਹੋ ਬਾਜੂ ਦੀ, ਤੁਸੀਂ ਫਿਟਿੰਗ ਵਾਲੀ ਬਾਜੂ ਪਾਉਂਦੇ ਹੋ ਤਾਂ ਫੱਟੀ ਦੀ ਸ਼ੇਪ ਵੱਲ ਜ਼ਰੂਰ ਦੇਖਣਾ ਗਾ। ਦੇਖੋ ਇਸ ਤਰੀਕੇ ਨਾਲ, ਹਾਂਜੀ ਦੇਖੋ ਜਦੋਂ ਵੀ ਤੁਸੀਂ ਕੋਈ ਬਾਜੂ ਵਗੈਰਾ ਦੀ ਕਟਿੰਗ ਕਰਦੇ ਹੋਗੇ, ਜੇ ਤੁਸੀਂ ਪ੍ਰੋਪਰ ਇੱਥੋਂ ਫਿਟਿੰਗ ਵਾਲੀ ਬਾਜੂ ਚਾਹੁੰਦੇ ਹੋਗੇ ਤਾਂ ਤੁਸੀਂ ਜਦੋਂ ਵੀ ਫੱਟੀ ਦੀ ਸ਼ੇਪ ਦੇ ਰਹੇ ਹੋ ਤਾਂ ਫੱਟੀ ਨੂੰ ਇਸ ਤਰ੍ਹਾਂ ਉੱਪਰ ਚੱਕਣਾ, ਮਤਲਬ ਵੀ ਇਹਦਾ ਜਿਹੜੀ ਗਲਾਈ ਹੋਊਗੀ ਪ੍ਰੋਪਰ ਗਲਾਈ ਨੂੰ ਹੀ ਤੁਸੀਂ ਇੱਥੋਂ ਲਓਗੇ, ਨਾ ਹੀ ਕਿ ਇਸ ਤਰ੍ਹਾਂ ਉੱਪਰ ਕੱਢ ਕੇ ਲਓਗੇ। ਜੇ ਤੁਸੀਂ ਇਸ ਤਰ੍ਹਾਂ ਫੱਟੀ ਦੀ ਸ਼ੇਪ ਲਗਾਓਗੇ ਤਾਂ ਬਿਲਕੁਲ ਤੁਹਾਡੀ ਬਾਜੂ ਦੀ ਦੇਖੋ ਸ਼ੇਪ ਸਿੱਧੀ ਆਊਗੀ, ਇਹਦੇ ਨਾਲ ਕੋਈ ਵੀ ਸ਼ੇਪ ਨਹੀਂ ਬਣੂਗੀ। ਜਦੋਂ ਵੀ ਤੁਸੀਂ ਬਾਜੂ ਫਿਟਿੰਗ ਵਾਲੀ ਕਰ ਰਹੇ ਹੋ ਤਾਂ ਇਸ ਤਰੀਕੇ ਨਾਲ ਉਹਦੀ ਸ਼ੇਪ ਜਿਹੜੀ ਗਲਾਈ ਹੋਊਗੀ ਇੱਥੇ ਰੱਖੋਗੇ। ਜੇ ਤੁਹਾਡੇ ਆਹ ਚੀਜ਼ ਜਿਹੜੀ ਸ਼ੋਲਡਰ ਹੈਵੀ ਜ਼ਿਆਦਾ ਨਹੀਂ ਹੈਗੇ ਤਾਂ ਤੁਸੀਂ ਇਸ ਤਰੀਕੇ ਨਾਲ ਉਹਦੀ ਸ਼ੇਪ ਲਗਾਓਗੇ। ਦੇਖੋ ਬਹੁਤ ਸੋਹਣੀ ਸ਼ੇਪ ਆਉਂਦੀ ਹੈ ਇਸ ਸਾਈਜ਼ ਦੇ ਨਾਲ ਜੇ ਆਪਾਂ ਇਹਦੀ ਕਟਿੰਗ ਕਰ ਦਿਆਂਗੇ।
ਆ ਦੇਖੋ ਬਾਜੂ ਦੀ ਆਪਣੀ ਪੂਰੀ ਪ੍ਰੋਪਰ ਸ਼ੇਪ ਆਈ ਹੋਈ ਆ। ਹੁਣ ਤੁਸੀਂ ਤੁਹਾਨੂੰ ਦੱਸਾਂਗੇ ਆਪਾਂ ਵੀ ਮੋਢੇ ਦੀ ਕਟਾਈ ਤੁਸੀਂ ਕਿੰਨੇ ਇੰਚ ਪਾਉਣੀ ਆ ਸਹੀ ਤਰੀਕੇ ਦੇ ਨਾਲ। ਪੂਰੀ ਵਧੀਆ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲੂਗੀ ਇਹਦੇ ਵਿੱਚ। ਹੁਣ ਮੈਂ ਤੁਹਾਨੂੰ ਇਸੇ ਤਰ੍ਹਾਂ ਦੀ ਸ਼ਰਟ ਦਾ ਜਿਵੇਂ ਆਪਾਂ ਨੇ ਬਾਜੂ ਵਾਸਤੇ ਪੀਸ ਲਿੱਤਾ ਸੀ ਉਸੇ ਹਿਸਾਬ ਦੇ ਨਾਲ ਤੁਹਾਨੂੰ ਆਪਾਂ ਸ਼ੋਲਡਰ ਦੇ ਨਿਸ਼ਾਨ ਲਗਾਉਣੇ ਦੱਸਾਂਗੇ ਪੀਸ ਦੇ ਵਿੱਚ ਹੀ। ਹਾਂਜੀ, ਆਪਾਂ ਨੇ ਤੁਹਾਨੂੰ ਸਮਝਾਉਣ ਵਾਸਤੇ ਮੋਢੇ ਦੇ ਨਿਸ਼ਾਨ ਕਿਸ ਤਰੀਕੇ ਨਾਲ ਲਗਾਉਣੇ ਆ, ਕਿਵੇਂ ਲਗਾਉਣੇ। ਆਪਾਂ ਨੇ ਇੱਕ ਪੀਸ ਲਿੱਤਾ ਗਾ, ਆਪਣੇ ਕੋਲ ਸ਼ਰਟ ਦਾ ਪੀਸ ਇਹ ਨਹੀਂ ਹੈਗਾ, ਆਪਾਂ ਨੇ ਇੱਕ ਆਮ ਪੀਸ ਲਿੱਤਾ। ਤੁਹਾਨੂੰ ਇਹਦੇ ਵਿੱਚ ਪੂਰੀ ਡਿਟੇਲ ਦੇਵਾਂਗੇ ਵੀ ਕਿਸ ਤਰ੍ਹਾਂ ਤੁਸੀਂ ਮੋਢੇ ਦੇ ਨਿਸ਼ਾਨ ਲਗਾਉਣੇ ਆਗੇ। ਦੇਖੋ ਜਦੋਂ ਵੀ ਆਪਾਂ ਤੀਰੇ ਦਾ ਨਿਸ਼ਾਨ ਲਗਾਉਣਾ ਤਾਂ ਆਪਾਂ ਤੀਰੇ ਦਾ ਨਿਸ਼ਾਨ ਇਸ ਤਰ੍ਹਾਂ ਸਿੱਧਾ ਮਿਣ ਕੇ ਲਗਾਉਣੇ ਹੁੰਦੇ ਆ। ਦੇਖੋ ਤੁਸੀਂ 6 ਇੰਚ ਤੀਰਾ ਪਾਉਣਾ, 6.5 ਆਉਣਾ, ਜਿੰਨਾ ਵੀ ਤੁਸੀਂ ਤੀਰਾ ਪਾ ਰਹੇ ਹੋਗੇ। ਮੰਨ ਲਓ ਮੈਂ ਤੁਹਾਨੂੰ ਦੱਸੂੰਗੀ ਵੀ 13 ਇੰਚ ਆਪਾਂ ਤੀਰੇ ਦਾ ਨਿਸ਼ਾਨ ਲਗਾਉਂਦੇ ਹਾਂ, ਕਿਉਂਕਿ 13 ਇੰਚ ਤੀਰਾ ਆਪਾਂ ਨੋਰਮਲ ਗਲੇ ਦੇ ਵਿੱਚ ਲਗਾਉਣੇ ਹੁੰਦੇ ਆ, ਜਿਹੜੇ ਨੋਰਮਲ ਗਲਾ ਪਾਉਂਦੇ ਨੇ, ਜਿਵੇਂ 5 5.5 ਬੈਕ ਤੋਂ 6 6.5 ਇੰਚ ਫਰੰਟ ਤੋਂ ਗਲਾ ਪਾਉਂਦੇ ਆ। ਹੁਣ ਦੇਖੋ ਮੈਂ ਆਹ ਨੀਚੇ ਨੂੰ ਆਪਾਂ 13 ਇੰਚ ਤੇ ਨਿਸ਼ਾਨ ਲਗਾ ਲਿਆ। ਹੁਣ ਦੇਖੋ ਜਿਹੜਾ ਆਹ ਨੀਚੇ ਨੂੰ ਨਿਸ਼ਾਨ ਲਗਾਉਣਾ ਗਾ, ਜੇ ਤਾਂ ਆਪਣੇ ਕੋਲੇ ਡਬਲ ਇਸ ਤਰ੍ਹਾਂ ਫੋਲਡਿੰਗ ਕਰਕੇ ਕੱਪੜਾ ਰੱਖਿਆ ਹੋਇਆ ਤਾਂ ਤੁਸੀਂ ਇਹ ਨਿਸ਼ਾਨ 6.5 ਤੇ ਲਗਾਉਣੇ ਹੁੰਦੇ ਆਗੇ। ਉਹ ਆਪਾਂ ਕਿਉਂ ਲਗਾਉਣੇ ਨੇ, ਕਿਉਂਕਿ ਆਪਾਂ ਇੱਥੋਂ ਸੈਂਟਰ ਦੇ ਵਿੱਚ ਉਹਨੂੰ ਕੱਟ ਕਰ ਦਿੰਦੇ ਹੁੰਦੇ ਆ। ਹੁਣ ਆਪਣੇ ਕੋਲ ਇਹ ਇੱਕ ਸਿੰਗਲ ਪੀਸ ਹੈਗਾ, ਤਾਂ ਆਪਾਂ ਨੇ ਜਿਵੇਂ ਸੈਂਟਰ ਦੇ ਵਿੱਚ ਕਈ ਵਾਰ ਫਲਾਵਰ ਇੱਧਰ ਉੱਧਰ ਜਾਂਦੇ ਹੁੰਦੇ ਨੇ, ਦੇਖੋ ਆਪਾਂ ਨੇ ਇੱਕ ਸਾਈਡ ਵੱਲ ਕਰਕੇ ਰੱਖਣੇ ਆ ਸ਼ਰਟ ਦੇ ਫਲਾਵਰ, ਤਾਂ ਆਪਾਂ ਉਸ ਤਰ੍ਹਾਂ ਦੇ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਹਾਂਗੇ ਤੁਸੀਂ ਕਿੰਨਾ ਨਿਸ਼ਾਨ ਲਗਾਓਗੇ ਨੀਚੇ ਡਾਊਨ ਦਾ। ਤਾਂ ਇਹ ਮੈਂ ਲਗਾਉਂਗੀ ਦੇਖੋ ਇੱਥੋਂ 7 ਇੰਚ ਦਾ ਨਿਸ਼ਾਨ ਇਸ ਤਰੀਕੇ ਨਾਲ, ਤਾਂ ਮੈਂ ਸਕੇਅਰ ਦੇ ਨਾਲ ਬਿਲਕੁਲ ਸਿੱਧਾ ਨਿਸ਼ਾਨ ਲਗਾਉਂਗੀ ਦੇਖੋ ਆਹ ਵਾਲੀ ਚੀਜ਼ ਦਾ। ਤੇ ਜਿਹੜਾ ਆਪਾਂ ਨੇ ਆਹ ਨਿਸ਼ਾਨ ਲਗਾਉਣਾ ਗਾ, ਹੁਣ ਆਪਾਂ ਲਗਾਉਣਾ ਇੱਥੋਂ ਫਿਟਿੰਗ ਦਾ ਨਿਸ਼ਾਨ। ਫਿਟਿੰਗ ਮੰਨ ਲਓ ਤੁਸੀਂ ਇਹਨਾਂ ਦੇ ਆਉਂਦੀ ਆ 18 ਇੰਚ, ਤਾਂ ਮੈਂ 9 ਇੰਚ ਦਾ ਨਿਸ਼ਾਨ ਲਗਾ ਲਿਆ। ਹੁਣ ਆਪਾਂ ਨੇ ਜਿਹੜਾ ਤੀਰਾ ਪਾਇਆ ਸੀ ਇਹ ਪਾਇਆ ਸੀ 13 ਇੰਚ, ਤਾਂ ਜਿਹੜਾ ਆਪਾਂ ਨੇ ਨੀਚੇ ਵਾਲਾ ਡਾਊਨ ਦਾ ਨਿਸ਼ਾਨ ਲਗਾਉਣਾ ਗਾ ਉਹ ਆਪਾਂ 2 ਸੂਤ ਘੱਟ ਲਗਾਵਾਂਗੇ। ਉਹ ਆਪਾਂ ਇੱਥੋਂ ਨਿਸ਼ਾਨ ਨਹੀਂ ਲਗਾਉਂਦੇ ਘੱਟ, ਉਹ ਆਪਾਂ ਆਹ ਚੀਜ਼ ਤੋਂ ਲਗਾਉਣਾ। ਮੰਨ ਲਓ ਤੁਸੀਂ ਉੱਪਰੋਂ 5 ਇੰਚ ਛੱਡ ਕੇ, ਤੁਸੀਂ ਇੱਥੋਂ 5 ਇੰਚ ਛੱਡ ਕੇ ਨਿਸ਼ਾਨ ਲਗਾਓਗੇ, ਜਿਹੜਾ ਆਪਾਂ 2 ਸੂਤ ਘੱਟ ਲਗਾਉਣਾ। 13 ਇੰਚ ਤੇ ਲਗਾਇਆ ਤਾਂ ਆਪਾਂ ਇਹਨੂੰ 6.25 ਤੇ ਨਿਸ਼ਾਨ ਲਗਾਵਾਂਗੇ। ਤਾਂ ਤੁਸੀਂ ਇੱਥੋਂ ਸਿੱਧਾ ਨਿਸ਼ਾਨ ਕਿਸ ਤਰੀਕੇ ਨਾਲ ਲਗਾਓਗੇ, ਦੇਖੋ ਆਹ ਚੀਜ਼ ਦਾ ਇਸ ਦੇ ਹਿਸਾਬ ਨਾਲ ਸ਼ੇਪ ਲਗਾ ਲਓਗੇ ਵੀ ਆਹ ਚੀਜ਼ ਦੀ। ਹੁਣ ਤੁਸੀਂ ਇੱਥੋਂ ਪਾ ਦੋਗੇ ਗੁਲਾਈ, ਦੇਖੋ ਆਪਣੇ ਆਹ ਸ਼ੇਪ ਪਾ ਲਈ। ਹੁਣ ਤੁਸੀਂ ਜਦੋਂ ਬੈਕ ਦੀ ਕਟਾਈ ਪਾਉਣੀ ਆ ਉਹ ਕਿਸ ਹਿਸਾਬ ਦੇ ਨਾਲ ਪਾਉਣੀ ਆ, ਤੁਸੀਂ ਦੇਖੋ। ਮੰਨ ਲਓ ਜਿਹੜਾ ਆਪਣੇ ਆਹ ਚੌਰਸ ਨਿਸ਼ਾਨ ਲਗਾਇਆ ਗਾ, ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਪਤਾ ਨਹੀਂ ਚੱਲਦਾ ਹੈਗਾ ਵੀ ਆਪਾਂ ਨੇ ਆਹ ਸ਼ੇਪ ਕਿਸ ਤਰੀਕੇ ਨਾਲ ਦੇਣੀ ਆ। ਤੁਸੀਂ ਨੇ ਕੀ ਧਿਆਨ ਰੱਖਣਾ, ਜਿਹੜੀ ਆਪਣੇ ਆਹ ਚੌਰਸ ਖੁੰਜਾ ਬਣਾਇਆ, ਦੇਖੋ ਆਪਣੇ ਆਹ ਚੀਜ਼ ਚੌਰਸ ਬਣਾਈ ਆ, ਤੁਸੀਂ ਇੱਥੋਂ ਮਿਣ ਕੇ 1.5 ਇੰਚ ਦੇ ਨਿਸ਼ਾਨ ਲਗਾ ਲਓਗੇ ਆਹ ਵਾਲਾ। 1.5 ਤੇ ਨਿਸ਼ਾਨ ਲੱਗ ਗਿਆ ਆਪਣੇ। ਹੁਣ ਜਿਹੜੀ ਆਪਣੇ ਬੈਕ ਦੀ ਗਲਾਈ ਪਾਉਣੀ ਉਹ ਤੁਸੀਂ ਦੇਖੋ ਕਿਸ ਹਿਸਾਬ ਨਾਲ ਪਾਉਣੀ ਆ, ਤਾਂ ਤੁਸੀਂ ਇਸ ਹਿਸਾਬ ਦੇ ਨਾਲ ਇਹਦੀ ਗਲਾਈ ਪਾਓਗੇ। ਆ ਦੇਖੋ ਇਹਦੀ ਗਲਾਈ ਇੱਥੋਂ ਘੁੰਮੂਗੀ ਜਿਹੜਾ 1.5 ਇੰਚ ਤੇ ਨਿਸ਼ਾਨ ਲਗਾਇਆ ਆਹ। ਦੇਖੋ ਜਿਹੜੀ ਆਪਣੇ ਆਹ ਤਾਂ ਪਾਈ ਆ, ਤੁਹਾਨੂੰ ਬੈਕ ਦੀ ਗਲਾਈ ਬਾਰੇ ਦੱਸਿਆ ਹੋਇਆ ਗਾ, ਆਹ ਪਾਈ ਆਪਣੇ ਫਰੰਟ ਦੀ ਸ਼ੇਪ। ਜਦੋਂ ਵੀ ਤੁਸੀਂ ਬੈਕ ਦੀ ਸ਼ੇਪ ਪਾਓਗੇ ਤਾਂ ਇੱਕੋ ਦਮ ਇਹਦੇ ਨਾਲ ਨਹੀਂ ਲਗਾਉਣੀ ਹੈਗੀ। ਮੰਨ ਲਓ ਤੁਸੀਂ ਇੱਥੋਂ ਤਿਰਛੀ ਤਿਰਛੀ ਲੈ ਕੇ ਜਾਣੀ ਹੋਗੀ, ਜੇ ਤੁਸੀਂ ਇਹ ਗਲਾਈ ਨੂੰ ਬਿਲਕੁਲ ਦੇਖੋ ਇਸ ਤਰੀਕੇ ਨਾਲ ਇਹਦੇ ਨਾਲ ਲਗਾ ਦੋਗੇ ਤਾਂ ਜਿਹੜੀ ਜਿਹੜੀ ਬੈਕ ਤੋਂ ਆ ਉਹ ਕੀ ਆ ਖਿੱਚ ਪੈਣ ਲੱਗ ਜੂਗੀ। ਜੋ ਤੁਸੀਂ ਮੇਨ ਚੀਜ਼ਾਂ ਦਾ ਇਹੀ ਧਿਆਨ ਰੱਖਣਾ, ਜਦੋਂ ਆਪਾਂ ਫਰੰਟ ਦੀ ਸ਼ੇਪ ਪਾ ਰਹੇ ਹਾਂਗੇ ਤਾਂ ਆਪਾਂ ਨੇ ਇਸ ਤਰ੍ਹਾਂ ਇੱਥੋਂ ਗਲਾਈ ਦੇਣੀ ਆ, ਤਾਂ ਜਿਹੜਾ ਆਪਣਾ ਚੌਰਸ ਬਣਿਆ ਇਹਦੋਂ 1.5 ਇੰਚ ਮਿਣ ਕੇ ਤੁਸੀਂ ਇੱਥੋਂ ਇਸ ਤਰੀਕੇ ਨਾਲ ਇਹਦੀ ਸ਼ੇਪ ਪਾ ਦੇਣੀ ਹੈਗੀ। ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਹ ਵਾਲੀ ਗਲਾਈ ਦੀ ਸ਼ੇਪ ਦਿਖਾਉਣੀ ਆ ਵੀ ਕਿਸ ਤਰੀਕੇ ਨਾਲ ਤੁਸੀਂ ਦੇਖੋ ਇਹਦੀ ਗਲਾਈ ਪਾ ਰਹੇ ਹੋ। ਆ ਦੇਖੋ ਆਪਣੀ ਗਲਾਈ ਦੀ ਸ਼ੇਪ ਹੋਊਗੀ। ਹੁਣ ਆਪਾਂ ਨੇ ਕੀ ਕਰਨਾ ਹੋਊਗਾ, ਫਰੰਟ ਵਾਲਾ 1/2 ਇੰਚ ਡਾਊਨ ਕਰ ਦਾਂਗੇ ਇਹਦਾ, ਆਪਾਂ ਮੰਨ ਲਓ ਕਟਿੰਗ ਕਰ ਦਾਂਗੇ।
ਆ ਦੇਖੋ ਇਹ ਆਪਾਂ ਤੁਹਾਨੂੰ ਕਟਾਈ ਵੇਲੇ ਦੱਸ ਦਿੰਦੇ ਹਾਂ ਵੀ ਜਿਹੜਾ ਆਪਾਂ ਹਾਫ ਇੰਚ ਫਰੰਟ ਵਾਲਾ ਪੀਸ ਘੱਟ ਤੇ ਬੈਕ ਵਾਲਾ ਵੱਧ ਕੱਟਦੇ ਹੁੰਦੇ ਹਾਂ, ਉਹ ਆਪਾਂ ਨੇ ਸਿੱਧੇ ਸਿੰਗਲ ਪੀਸ ਰੱਖੇ ਸੀ ਤਾਂ ਕਰਕੇ ਆਪਾਂ ਨੇ 7 ਇੰਚ ਤੀਰੇ ਦਾ ਨਿਸ਼ਾਨ ਲਗਾਇਆ ਸੀ, ਤਾਂ ਆਪਾਂ ਨੇ ਹਾਫ ਇੰਚ ਕੱਟਤਾ। ਹੁਣ ਆਪਣਾ ਕਟਾਈ ਦਾ ਇਹ 6.5 ਇੰਚ ਦੇਖੋ ਰੈਡੀ ਰਹਿ ਗਿਆ। ਜਦੋਂ ਵੀ ਆਪਾਂ ਬੈਕ ਪਾਉਂਦੇ ਹਾਂ ਤਾਂ ਆਪਾਂ ਹਾਫ ਇੰਚ ਵਧਾ ਕੇ ਪਾਉਂਦੇ ਹੁੰਦੇ ਹਾਂ, ਜਿਹਦੇ ਕਾਰਨ ਕਿ ਆਪਣੀ ਸ਼ਰਟ ਦੀ ਜਿਹੜੀ ਸ਼ਰਟ ਮੰਨ ਲਓ ਪਿੱਛੇ ਵੱਲ ਨਹੀਂ ਜਾਂਦੀ ਹੈਗੀ, ਹਮੇਸ਼ਾ ਵਾਸਤੇ ਅੱਗੇ ਵੱਲ ਸ਼ਰਟ ਆਉਂਦੀ ਹੈਗੀ। ਜਿਹੜਾ ਆਪਾਂ ਦੇਖੋ ਤੁਹਾਨੂੰ ਤੁਸੀਂ ਆਹ 2 ਸੂਤ ਆਪਾਂ ਨੇ ਘਟਾ ਕੇ ਲਗਾਇਆ ਗਾ ਵੀ ਆਪਾਂ ਇੱਥੋਂ 13 ਤੇ ਨਿਸ਼ਾਨ ਲਗਾਇਆ, ਇੱਥੋਂ 7.25 ਤੇ ਲਗਾਇਆ। ਇਹਦੇ ਨਾਲ ਜਦੋਂ ਕਿਸੇ ਸ਼ਰਟ ਦੇ ਵਿੱਚ ਮੰਨ ਲਓ ਤੁਸੀਂ ਆਹ ਪਲੇਟ ਵਗੈਰਾ ਪਾ ਰਹੇ ਹੋਗੇ, ਜਦੋਂ ਪਲੇਟ ਪਾਉਣੇ ਕਈ ਵਾਰ ਤੁਹਾਡੇ ਤੋਂ ਪਲੇਟ ਆ ਪਤਲੀ ਪੈ ਜਾਂਦੀ ਆ ਜਾਂ ਬਰੀਕ ਪਾ ਲੈਂਦੇ ਹੋਗੇ, ਇਹ ਕੀ ਹੋਊਗੀ ਜਿਹੜੀ ਤੁਹਾਡੀ ਆ ਕਟਾਈ ਹੋਊਗੀ ਚੀਜ਼ 2 ਸੂਤੇ ਤੋਂ ਘਟਾ ਕੇ ਲਗਾਓਗੇ, ਇਹਦੇ ਨਾਲ ਸ਼ਰਟ ਦੇ ਵਿੱਚ ਬਿਲਕੁਲ ਵੀ ਬਲ ਨਹੀਂ ਪੈਣਗੇ। ਜਮਾਂ ਸਹੀ ਤਰੀਕੇ ਨਾਲ ਜੇ ਇੱਦਾਂ ਦੀ ਕਟਿੰਗ ਕਰੀ ਹੋਊਗੀ ਤੁਹਾਡੀ, ਇੱਕਦਮ ਜਮਾਂ ਬਿਲਕੁਲ ਸਾਫ਼ ਇੱਥੋਂ ਫਿਨਿਸ਼ਿੰਗ ਆਊਗੀ, ਕੋਈ ਵੀ ਬਲ ਵਗੈਰਾ ਨਹੀਂ ਪਊਗਾ। ਜਦੋਂ ਵੀ ਤੁਸੀਂ ਆਹ ਚੀਜ਼ ਦੀ ਕਟਾਈ ਕਰਦੇ ਹੋ ਤਾਂ 2 ਸੂਤ ਘਟਾ ਕੇ ਹੀ ਕਰਿਆ ਕਰੋ ਜੇ ਨੋਰਮਲ ਪਲੇਟਾਂ ਪਾਉਣੇ ਹੋ। ਜੇ ਤੁਸੀਂ ਆਹ ਵਾਲੀ ਪਲੇਟ ਨੂੰ ਮੋਟਾ ਰੱਖ ਦਿਓਗੇ ਤਾਂ ਤੁਸੀਂ ਆਹ ਜਿਹੜੀ ਸ਼ੇਪ ਆ ਬਿਲਕੁਲ ਸਿੱਧੀ ਵੀ ਲਗਾ ਸਕਦੇ ਹੋਗੇ। ਵਿੱਚ ਵਿੱਚ ਤਾਂ ਦੇਖੋ ਪਲੇਟਾਂ ਪਾਉਣ ਦਾ ਤਰੀਕਾ ਬਹੁਤ ਹੀ ਬਰੀਕ ਹੁੰਦਾ, ਜਿਵੇਂ ਪੈਰ ਪੈਰ ਦੀ ਹੀ ਪਲੇਟ ਪਾਉਂਦੇ ਨੇਗੇ, ਵਿੱਚ ਪਲੇਟ ਇੱਥੋਂ ਮੋਟੀ ਰੱਖਦੇ ਤੇ ਤਿਰਛੀ ਰੱਖਦੇ ਨੇਗੇ, ਉਹਦੇ ਨਾਲ ਕੀ ਹੁੰਦੀ ਹੈ ਆਪਣੀ ਫਿਟਿੰਗ ਵਧੀਆ ਹੁੰਦੀ ਆ, ਤਾਂ ਤੁਸੀਂ ਜਿਹੜਾ ਉਹ ਨਿਸ਼ਾਨ ਆ ਇੱਥੋਂ ਸਿੱਧਾ ਵੀ ਲਗਾ ਸਕਦੇ ਹੋਗੇ। ਇਹ ਸੀ ਆਪਣੇ ਮੋਢੇ ਦੀ ਕਟਾਈ ਬਾਰੇ, ਤੇ ਨਾਲੇ ਆਪਾਂ ਨੇ ਤੁਹਾਨੂੰ ਬਾਜੂ ਦੇ ਮੋਢੇ ਬਾਰੇ ਦੱਸਿਆ ਸੀ ਵੀ ਕਿੰਨੀ ਇੰਚ ਛਾਤੀ ਨੂੰ ਕਿੰਨੇ ਇੰਚ ਮੋਢਾ ਪਾਉਣਾ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਨੂੰ ਵੀਡੀਓ ਰਾਹੀਂ ਆਪਣਾ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਇਹ ਸਮਝਾਉਣ ਵਾਲੀ ਵੀਡੀਓ। ਤੁਹਾਨੂੰ ਆਪਾਂ ਨੇ ਪੂਰੀ ਡਿਟੇਲ ਵਿੱਚ ਦੇ ਵਿੱਚ ਦੱਸਿਆ ਗਿਆ ਇਹਦੇ ਵਿੱਚ ਵੀ ਕਿਸ ਤਰ੍ਹਾਂ ਤੁਸੀਂ ਇਹਦੇ ਮੋਢੇ ਦੀ ਗਲਾਈ ਪਾਉਣੀ ਆ, ਕਿਸ ਤਰ੍ਹਾਂ ਤੁਸੀਂ ਇਹਦਾ ਕੰਧਾ ਪਾਉਣਾ, ਕਿੰਨੀ ਇਹਦੀ ਫਿਟਿੰਗ ਦਾ ਨਿਸ਼ਾਨ ਲਗਾ ਕੇ ਕਿੰਨਾ ਤੁਹਾਨੂੰ ਮੋਢਾ ਚਾਹੀਦਾ ਗਾ, ਤਾਂ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ।